अज संयुक्त किसान मोर्चे ने मता पास करके टोटल पंजाब दे विच किसानां ने वेख्या सी सितंबर दे विच पैड़ी सीजन शुरू हो जांदा जी, पर दुख दी गल है अक्तूबर दा लास्ट वीक चल रहा है ते अक के जदों ना किसानां दी बांह फड़ी ते संयुक्त किसान मोर्चे ने फैसला कीता, मीटिंगां कीतियां, सरकार नूं चार दिन दा, दो दिन दी बजाय चार दिन दा टाइम दिता भी चार दिन दे विच खरीद शुरू हो गई। पर बड़ी दुख दी गल है जदों मार्केट दे विच मंडियां दे विच जा के वेख्या तां उह जिहड़े दो दिन टप्पे किसानां नूं दुर्गत होई जांदी सी तां किसान लीडरां ने उन्हां नूं कहा, किसानां ने आता भी इह तुहाडी गल नहीं मनदा क्योंकि भगवंत मान सरकार ते मोदी सरकार दोवें सरकारां इहो जिहियां जिहड़ियां कह के मुकर जांदियां, इक वारी कहिंदियां ते जे देश दे प्रधानमंत्री तों कोई शब्द कहा होवे उह कानून हुंदा। पंजाब दे किसी भी सूबे दे मुख्यमंत्री दा जिहड़ा कहा होया शब्द है उह तत् पर लागू हुंदा। पंजाब दे अज मुलाजम है, किसान है, क्यों सड़कां ते है, जदों कहिंदे आ उहदे ते पूरा नहीं उपरदे, लोकां नूं विश्वास नहीं रहा। जदों भगवंत मान ने इह कहता भी असीं पूरा करांगे, पर जदों थले ग्राउंड लैवल ते वेख्या सी तां 200-200 250-250 रुपया पर क्विंटल दी एक रिश्वत चल रही सी, काट लग रही सी। 125 लाख टन पंजाब दा झोना खरीदना है ते तकरीबन 2 लाख टन रोज खरीद रहा, जिहड़ा 200-250-230-300 रुपये तिकर पर क्विंटल शैलर आले खा रहे। सारे शैलर आले नहीं, कुछ शैलर ते कुछ आड़ती मिली भुगत नाल 4-5 करोड़ रुपया हर रोज किसानां दी जेब दे विचों निकल के इन्हां दी जेबां दे विच जा रहा। लगदा इहदा हल सड़क ते ही है, होर वाहोर हल साडे कोल हल की है? असीं तां सरकार नूं बेनतियां कर सकदे आ, लगातार बेनतियां कीतियां, सरकार जिहड़ा चौल पंजाब दा इत्थे पिया है 30,000 करोड़ रुपया, जदों बीजेपी ते अकालियां दी सरकार गई सी तां रंग बदल हो गया सी, पंजाब सिरों कर्जा चढ़िया सी, उस तों बाद अज भी जे सेंटर सरकार नहीं चकदी तां 30,000 करोड़ दा पंजाब दे किसानां सिर, पंजाब दे पब्लिक सिर होर बोझ आ के पै जूगा ते उहनां नूं दिना नहीं भी पंजाब दा जिहड़ा शैलिंग तों बाद चुणना चौल कित्थे रखणगे। जदों भुख मरी देश कंगाल भुख नाल सी ਤਾਂ ਉਹ ਸਮੇਂ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਦੇਸ਼ ਦੇ ਰਾਖੇ ਸੀ ਉਹ ਝੋਲੀਆਂ ਛੱਡ ਕੇ ਬੈਠੇ ਸੀ ਲੋਕਾਂ ਕੋਲੇ ਵੀ ਪੰਜਾਬ ਦਾ ਕਿਸਾਨ ਅੰਨ ਪੈਦਾ ਕਰੇ, ਸਾਨੂੰ ਦੇਸ਼ਾਂ ਅੱਗੇ ਅਮਰੀਕਾ ਅੱਗੇ ਮੈਕਸੀਨ PV18 ਕਣਕਾਂ ਜਿਨ੍ਹਾਂ ਨੂੰ ਪਸ਼ੂ ਨਹੀਂ ਖਾਧੇ ਪੰਜਾਬ ਦੇ ਲੋਕਾਂ ਨੇ, ਦੇਸ਼ ਭਰ ਦੇ ਲੋਕਾਂ ਨੇ ਉਹ ਕਣਕਾਂ ਖਾਧੀਆਂ। ਜੇ ਪੰਜਾਬ ਨੇ ਅੱਜ ਸੰਕਟ ਲੰਘ ਕੇ ਨਹੀਂ ਬਫਰ ਸਟਾਕ ਕਰਤਾ ਤੇ ਅੱਜ ਦਾ ਪੰਜਾਬ ਦਾ ਕਿਸਾਨ ਉਹਨਾਂ ਨੂੰ ਦੁਸ਼ਮਣ ਲੱਗਦਾ। ਸੜਕ ਤੇ ਬੈਠੇ ਜੇ ਲੋਕ ਪਰੇਸ਼ਾਨ ਹੋ ਰਹੇ ਨੇ, ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਤੁਹਾਡੇ ਨੂੰ, ਬਿਲਕੁਲ ਅਸੀਂ ਇਹਦੇ ਨਾਲ ਸਹਿਮਤ ਹੈ, ਸਾਡੇ ਧੀਆਂ ਪੁੱਤ ਆ, ਸਾਡੇ ਭਰਾ, ਸਾਡੇ ਬਜ਼ੁਰਗ ਆ, ਅਸੀਂ ਇਸ ਸੰਯੁਕਤ ਕਿਸਾਨ ਨੇ ਫੈਸਲੇ ਨੇ ਇਹ ਫੈਸਲਾ ਕੀਤਾ ਜਿਹੜਾ ਬਿਮਾਰ ਹੈ ਉਹਨੂੰ ਜਾਣ ਦਿਆਂਗੇ, ਮਿਲਟਰੀ ਵਾਲੀ ਗੱਡੀ ਨਹੀਂ ਰੋਕਾਂਗੇ, ਜੇ ਕੋਈ ਭੋਗ ਤੇ ਜਾਂਦਾ ਉਹਨੂੰ ਨਹੀਂ ਰੋਕਾਂਗੇ, ਜੇ ਕੋਈ ਬਰਾਤ ਤੇ ਜਾਂਦਾ ਉਹਨੂੰ ਰੋਕਾਂਗੇ, ਦੂਜੀ ਪਬਲਿਕ ਨੂੰ, ਕਿਉਂਕਿ ਕਿਸਾਨਾਂ ਦੀ ਮੰਗ ਹੈ। ਅਸੀਂ ਜਿੱਦਾਂ ਸੰਯੁਕਤ ਕਿਸਾਨ ਨੇ ਫੈਸਲਾ ਕੀਤਾ ਹੈ ਉਸ ਦਿਨ ਅਸੀਂ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਤਾ ਸੀ ਵੀ ਅਸੀਂ 11-3 ਵਜੇ ਤੀਕਰ ਤੁਹਾਡੇ ਹਮਾਇਤ ਨਾਲ, ਕੱਲਾ ਲੀਡਰਾਂ ਨਹੀਂ ਪਬਲਿਕ ਦੀ ਹਮਾਇਤ ਨਾਲ, ਕਿਸਾਨਾਂ ਜੇ ਕਿਸਾਨ ਦਾ ਪੈਸਾ ਆਊਗਾ ਤਾਂ ਆੜਤੀਆਂ ਕੋਲ ਆਊਗਾ। ਮਾਰਕੀਟ ਦੇ ਵਿੱਚ ਅੱਜ ਦੁਆਲੀ ਫਿੱਕੀ ਹੈ, ਅੱਜ ਬਾਜ਼ਾਰ ਸੁਣਨੇ ਹੈ, ਜੇ ਮਜ਼ਦੂਰ ਕੋਲੇ ਪੈਸਾ ਆਊਗਾ ਤਾਂ ਬਾਜ਼ਾਰ 'ਚ ਆਊ, ਜੇ ਕਿਸਾਨ ਕੋਲੇ ਪੈਸਾ ਆਊ ਤਾਂ ਦੁਕਾਨ 'ਚ ਆਊਗਾ। ਅੱਜ ਦੁਕਾਨਦਾਰ ਵੀ ਤਰਾਸਦੀ ਆ, ਆੜਤੀਆਂ ਵੀ ਤਰਾਸਦੀ, ਮਜ਼ਦੂਰ ਦੀ ਵੀ ਤਰਾਸਦੀ, ਅਸੀਂ ਉਹਨਾਂ ਪਬਲਿਕ ਦੀ ਸਪੋਰਟ ਨਾਲ ਕਰ ਰਹੇ ਆ। ਬਿਲਕੁਲ ਠੀਕ ਗੱਲ ਆ ਉਹਨਾਂ ਦੀ, ਪਰ ਸਾਡਾ ਵੀ ਜਿਹੜਾ ਇਹ ਅਸੀਂ ਕਦਮ ਚੁੱਕਿਆ ਹੈ ਇਹਦੇ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀਗੀ, ਕਿਉਂਕਿ ਅਸੀਂ ਸਰਕਾਰ ਦੇ ਨਾਲ ਮੀਟਿੰਗਾਂ ਕਰਕੇ ਵੀ ਵੇਖ ਲਈਆਂ, ਅਸੀਂ ਆਪਣਾ ਦੁੱਖ ਵੀ ਦੱਸਿਆ, ਅਸੀਂ ਸਾਰਾ ਕੁਝ ਉਹਨਾਂ ਨੂੰ ਕੀਤਾ ਵੀ ਚੱਲ ਇਹ ਤਾਂ ਮੇਰੇ ਭਰਾ, ਚੱਲ ਅਸੀਂ ਇਹਨਾਂ ਤੋਂ ਗੁਸਤਾਖੀ ਮੰਗਣੇ ਆ। ਪਰ ਇੱਕ ਗੱਲ ਮੇਰੇ ਵੀਰਾਂ ਨੂੰ ਟਰੱਕ ਵਾਲਿਆਂ ਨੂੰ ਇਹ ਵੀ ਬੇਨਤੀ ਮੈਂ ਕਰਦਾ ਵੀ ਵੀਰ ਤੁਸੀਂ ਸਾਡਾ ਵੀ ਦੁੱਖ ਵੇਖੋ ਵੀ 1 ਅਕਤੂਬਰ ਤੋਂ ਲੈ ਕੇ ਅੱਜ 25 ਅਕਤੂਬਰ ਹੋ ਗਈ ਏ ਵੀ ਸਾਡੇ ਜਿਹੜੇ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਹੇ ਨੇ ਉਹਨਾਂ ਦੀ ਕਿਸੇ ਬਾਹ ਨਹੀਂ ਫੜੀ ਤੇ ਅਸੀਂ 6 ਮਹੀਨੇ ਫਸਲ ਪਾਲ ਕੇ ਅਸੀਂ ਹਾੜੇ ਕੱਢਦੇ ਪਏ ਆ ਵੀ ਸਾਡੀ ਫਸਲ ਖਰੀਦ ਲਓ, ਲਿੜਕੜੀਆਂ ਕੱਢਦੇ ਪਏ ਆ। ਇੱਕ ਮੈਂ ਬਜ਼ੁਰਗ ਹੋ ਸਕਦਾ ਮੇਰੇ ਤੋਂ ਵੀ ਵੱਡੀ ਉਮਰ ਦਾ, ਮੈਂ ਇੱਕ ਪ੍ਰੈਸ ਦੇ ਵਿੱਚ ਵੇਖਿਆ ਉਹਦੀ ਫੋਟੋ ਆਈ ਹੈ ਤੇ ਉੱਥੇ ਆਲਾ ਅਧਿਕਾਰੀ ਨੇ ਖਰੀਦ ਵਾਲੇ
ਉਹ ਐ ਹੱਥ ਜੋੜ ਕੇ ਖੜਾ ਯਾਰ ਸ਼ਰਮਾ ਨਹੀਂ ਚਾਹੀਦੀ ਹੈ ਇਹ ਸਰਕਾਰ ਨੂੰ ਵੀ ਦੇਸ਼ ਦਾ ਅੰਨ ਪੈਦਾ ਕਰਨ ਵਾਲੇ ਨੂੰ ਇੱਕ ਅਫਸਰਾਂ ਦੇ ਕੋਲ ਹੱਥ ਜੋੜ ਕੇ ਖੜਾ ਕਰਨਾ ਪੈਂਦਾ ਕੀ ਗੱਲ ਅਸੀਂ ਕੋਈ ਕ੍ਰਾਈਮ ਕਰ ਦਿੱਤਾ ਦੇਸ਼ ਦਾ ਅਸੀਂ ਸੈਂਟਰਪੋਲ ਦੇ ਵਿੱਚ ਅਨਾਜ ਭਰ ਕੇ ਇਹਨਾਂ ਨੂੰ ਆਤਮ ਨਿਰਭਰ ਬਣਾ ਕੇ ਕੋਈ ਕ੍ਰਾਈਮ ਕਰ ਦਿੱਤਾ ਅਸੀਂ ਟਰੱਕਾਂ ਵਾਲੇ ਵੀਰਾਂ ਤੋਂ ਮਾਫ਼ੀ ਚਾਹੁੰਦੇ ਹਾਂ ਪਰ 3 ਘੰਟੇ ਵਾਸਤੇ ਸਾਡਾ ਸਾਥ ਜ਼ਰੂਰ ਦੇ ਕੀ ਸੜਕ ਤੇ ਹੀ ਇਹਦਾ ਹੱਲ ਬਿਲਕੁਲ ਅਸੀਂ ਮੀਟਿੰਗਾਂ ਵੀ ਕਰਕੇ ਵੇਖ ਲਈਆਂ ਜੇ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਮੂਹਰੇ ਧਰਨਾ ਲਾ ਕੇ ਬਹਿ ਜਾਂਗੇ ਉਹਦਾ ਆਣ ਕੇ ਉਹਨਾਂ ਦਾ ਅਫਸਰ ਕੋਈ ਆਲਾ ਅਧਿਕਾਰੀ ਸਾਡੇ ਕੋਲ ਆਣ ਕੇ ਕੋਈ ਮੈਮੋਰੰਡਮ ਨਹੀਂ ਮੰਗ ਲੈਂਦਾ ਤੇ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਗਾ ਅਸੀਂ ਕੋਈ ਖੰਡ ਖਾਂਦਿਆਂ ਇਹ ਧਰਨਾ ਨਹੀਂ ਲਾਉਂਦੇ ਸਾਡੀ ਮਜਬੂਰੀ ਹੈ ਅੱਜ ਇੱਕ ਕਿਸਾਨ ਨੂੰ ਪਰ ਏਕੜ 10 ਤੋਂ ਲੈ ਕੇ 12 ਹਜ਼ਾਰ ਰੁਪਏ ਦਾ ਘਾਟਾ ਪੈ ਰਿਹਾ ਤੁਸੀਂ ਦੱਸੋ ਕਿਸਾਨ ਕਰੇ ਤੇ ਕਰੇਗੀ ਦੇਖੋ ਸਭ ਤੋਂ ਪਹਿਲਾਂ ਤੁਸੀਂ ਮਾਸਟਰ ਜੀ ਨੂੰ ਸਵਾਲ ਇਹ ਕੀਤਾ ਸੀ ਸੜਕ ਤੇ ਹੱਲ ਆ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਵੀ ਕੀਤਾ ਜੀ ਸਾਨੂੰ ਤੁਸੀਂ ਹੱਲ ਦੱਸ ਦਿਓ ਤੇ ਸਾਡਾ ਹੱਲ ਫਿਰ ਕਿੱਥੇ ਆ ਟੇਬਲ ਟਾਕ ਸਾਡੇ ਨਾਲ ਸਰਕਾਰ ਨਹੀਂ ਕਰਦੀ ਹੋਰ ਅਸੀਂ ਕਿੱਥੇ ਜਾਈਏ ਦੋ ਹੀ ਚੀਜ਼ਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਸਰਕਾਰ ਨੂੰ ਜਗਾਉਣ ਵਾਸਤੇ ਸਰਕਾਰ ਨਾਲ ਟੇਬਲ ਟਾਕ ਵਾਸਤੇ ਸਾਨੂੰ ਜਾਣਾ ਪੈਂਦਾ ਸਾਡੇ ਲੀਡਰ ਜਿਹੜੇ ਨੇ ਉਹ ਗਏ ਸਰਕਾਰ ਸੁਣਦੀ ਨਹੀਂ ਮੈਮੋਰੰਡਮ ਅਸੀਂ ਦਿੰਦੇ ਹਾਂ ਡੀਸੀ ਨੂੰ ਐਸਐਸਪੀ ਨੂੰ ਉਹ ਆਣ ਕੇ ਸਾਡੇ ਤੋਂ ਲੈਂਦੇ ਨੀ ਸੜਕ ਤੇ ਬੈਠੇ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਆਇਆ ਲੈਣਾ ਤੁਸੀਂ ਕਿਹਾ ਟਰੱਕਾਂ ਦੀਆਂ ਲੱਗੀਆਂ ਨੇ ਉਹ ਭੁੱਖੇ ਧਰਿਆਏ ਨੇ ਅਸੀਂ ਕਿਹੜਾ ਰੱਜੇ ਅਸੀਂ ਭੁੱਖੇ ਹੀ ਕਰਵਾਏ ਆ ਫਿਰ ਇਸ ਤੋਂ ਬਾਅਦ ਸਾਨੂੰ ਹੱਲ ਦੱਸ ਦਿਓ ਵੀ ਕੀ ਆ ਜਾਂ ਤਾਂ ਹੱਲ ਹਥਿਆਰ ਦਾ ਰਹਿ ਜਾਂਦਾ ਵੀ ਹਥਿਆਰ ਚੁੱਕਲ ਗਏ ਤੇ ਜਾਂ ਫਿਰ ਆ ਸਾਡੇ ਕੋਲ ਜਿਹੜਾ ਵੀ ਹੱਲ ਤੁਹਾਨੂੰ ਚੰਗਾ ਲੱਗਦਾ ਸਾਨੂੰ ਦੱਸ ਦਿਓ ਅਸੀਂ ਉਹੀ ਕਰ ਲੈਂਦੇ ਹਾਂ ਸਾਨੂੰ ਹੱਲ ਤੁਸੀਂ ਦੱਸੋ ਮੇਰਾ ਸਵਾਲ ਤੁਸੀਂ ਸਾਨੂੰ ਸਵਾਲ ਕੀਤਾ ਮੇਰਾ ਸਵਾਲ ਤੁਹਾਨੂੰ ਆ ਕਿ ਸਾਨੂੰ ਹੱਲ ਦੱਸੋ ਅਸੀਂ ਹੱਲ ਕੀ ਕਰੀਏ ਕਿੰਨੇ ਦਿਨਾਂ ਤੋਂ ਖੱਜਲ ਖੁਆਰੀ ਹੋ ਰਹੀ ਹੈ ਜੀ ਅਸੀਂ ਤਾਂ ਜਿੱਦਣ ਦਾ ਝੋਨਾ ਵੱਢੇ ਉਦੋਂ ਦੀ ਖੱਜਲ ਖੁਆਰ ਜਿਸ ਦਿਨ ਤੁਸੀਂ ਝੋਨਾ ਵੱਢ ਲਿਆ ਮੰਡੀ ਚ ਲੈ ਕੇ ਗਏ ਆ ਪਹਿਲਾਂ ਮੰਡੀ ਦੇ ਵਿੱਚ ਸਰਕਾਰ ਲੈ ਕੇ ਨਹੀਂ ਆਈ ਬੋਲੀ ਜੇਕਰ ਬੋਲੀ ਆਈ ਆ ਤਾਂ ਜ਼ਿਮੀਦਾਰ ਨੂੰ ਪ੍ਰਤੀ ਕੁਇੰਟਲ ਜਿਹੜਾ 200 ਰੁਪਈਏ ਦਾ ਵੱਟਾ ਲੱਗਦਾ ਪਿਆ ਜੇਕਰ ਅਸੀਂ ਮੁਲਾਜ਼ਮਾਂ ਨੂੰ ਪੁੱਛਦੇ ਹਾਂ ਮੰਡੀ ਬੋਰਡ ਦਿਆਂ ਨੂੰ ਜਾਂ ਮੰਨ ਲਓ ਮਾਰਕੀਟ ਕਮੇਟੀ ਵਾਲਿਆਂ ਨੂੰ ਉਹ ਕਹਿੰਦੇ ਵੀ ਅਸੀਂ ਤਾਂ ਵੱਟਾ ਨਹੀਂ ਲਾਇਆ ਸ਼ੈਲਰ ਵਾਲਿਆਂ ਨੂੰ ਪੁੱਛਦੇ ਉਹ ਕਹਿੰਦੇ ਸਾਨੂੰ ਘਾਟਾ ਪੈਂਦਾ ਤੇ ਸ਼ੈਲਰ ਵਾਲੇ ਜ਼ਿਮੀਦਾਰ ਨੂੰ ਜੋ ਵੱਟਾ ਲਾਉਂਦੇ ਨੇ ਸਰਕਾਰ ਨਾਲ ਗੱਲ ਕਰਨ ਸਾਨੂੰ ਵੱਟਾ ਕਿਉਂ ਲਾਉਂਦੇ ਜੀ ਹੁਣ ਅਗਲਾ ਫੈਸਲਾ ਕੀ ਅਗਲਾ ਫੈਸਲਾ ਤਾਂ ਹੁਣ ਅਗਲੀ ਰਣਨੀਤੀ ਜਿਹੜੀ ਹੋਵੇਗੀ ਉਹ ਬਾਅਦ ਚ ਠੀਕ ਅਸੀਂ ਤਾਂ ਲੋਕਲ ਗਏ ਅੱਛਾ ਕਿੱਥੇ ਜਾਣਾ ਕਿਤੇ ਜੀ ਅਸੀਂ ਜਾਣਾ ਜੀ ਤੁਲਕਾ ਵਾਲੀ ਅੱਛਾ ਕੀ ਹੈ ਸਮਾਨ ਕੀ ਲੋੜ ਹੈ ਤੁਹਾਡੀ ਮਿੱਟੀ ਆ ਜੀ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ ਬਹੁਤ ਪਰੇਸ਼ਾਨੀ ਤਾਂ ਹੈਗੀ ਜ਼ਿਮੀਦਾਰ ਦੇ ਨਾਲ ਮੰਨ ਕੇ ਚੱਲੋ ਮੰਡੀ ਵਾਲੇ ਨੂੰ ਰੋਕ ਸਕਦੇ ਆ ਇਹ ਸੜਕ ਜਾਮ ਕਰਿਆ ਹੱਲ ਨਹੀਂ ਹੋਣਾ ਬਾਜ਼ਾਰ ਬੰਦ ਕਰਨੇ ਚ ਹੱਲ ਨਹੀਂ ਹੋਣਾ ਡੀਸੀ ਦਫ਼ਤਰ ਪੇਸ਼ ਹੋਣ ਉਹਨਾਂ ਦਾ ਹੱਲ ਹੋਵੇ ਕੋਈ ਚਲੋ ਜ਼ਿਮੀਦਾਰ ਨੂੰ ਵੀ ਆਉਂਦਾ ਚਾਹੀਦਾ ਕਿਉਂ ਨੇ ਪੁੱਤਾਂ ਤਰ੍ਹਾਂ ਪਾਲੀ ਹੈ ਜ਼ਮੀਨ ਫਸਲ ਵੀ ਆਪਦੀ ਉਗਾਈ ਹੈ ਸਾਰਾ ਕੁਝ ਕਰਿਆ ਉਹਦਾ ਹੱਲ ਇੱਥੇ ਨਹੀਂ ਹੋਣਾ ਰੋਡਾਂ ਤੇ ਨਹੀਂ ਹੋਣਾ ਇਸੇ ਕਰਕੇ ਅਸੀਂ ਤਾਂ ਕਹਿੰਦੇ ਹਾਂ ਵੀ ਰੋਡ ਨਾ ਜਾਮ ਕਰਨ ਮੰਡੀ ਜਾਮ ਕਰਨ ਜਿਹੜੇ ਜ਼ਿਮੀਦਾਰ ਝੋਨਾ ਲੈ ਕੇ ਆ ਰਹੇ ਨੇ ਨਾ ਲੈ ਕੇ ਆਉਣਗੇ ਝੋਨਾ ਆਪੇ ਰੇਟ ਲੱਗੇਗਾ ਸਹੀ ਹੱਲ ਕਿਵੇਂ ਨਿਕਲੇਗਾ ਜੀ ਕਿਉਂਕਿ ਸਮੱਸਿਆ ਕਿੱਥੇ ਵੇਖਦੇ ਹੋ ਤੁਸੀਂ ਸਮੱਸਿਆ ਅੱਜ ਤਾਂ ਇਹ ਵੇਖ ਰਹੇ ਹਾਂ ਜੀ ਜ਼ਿਮੀਦਾਰ ਨੂੰ ਪਹਿਲਾਂ ਹੀ ਜੋ ਝੋਨਾ ਬੀਜਣ ਤੋਂ ਪਹਿਲਾਂ ਸੋਚਣਾ ਚਾਹੀਦਾ ਨਰਮੇ ਦੀ ਖੇਤੀ ਬੰਦ ਕਰ ਚੁੱਕੇ ਨੇ ਝੋਨਾ ਹੀ ਝੋਨਾ ਲਾਈ ਜਾਂਦੇ ਆ ਪਰ ਨਹੀਂ ਕਾਮਯਾਬ ਨਹੀਂ ਹੋਣਾ ਕਿ ਕੋਈ ਸਮਾਂ ਇਹੋ ਜਾਏਗਾ ਮੰਜ਼ਰ ਜ਼ਮੀਨਾਂ ਦੇ ਸਾਹਮਣੇ ਪਰੇਸ਼ਾਨੀ ਤੁਹਾਨੂੰ ਮਤਲਬ ਕਿ ਰੋਡ ਦੇ ਡਰਾਈਵਰ ਨੂੰ ਪਰੇਸ਼ਾਨੀ ਹੈ ਸਭ ਤੋਂ ਜ਼ਿਆਦੀ ਤਾਂ ਅੰਦਰ 2 ਘੰਟੇ ਤੋਂ ਪਾਣੀ ਨਹੀਂ ਪੀਆ ਕੋਈ ਚੀਜ਼ ਜੇ ਮੰਨ ਕੇ ਟਾਈਮ ਤੇ ਨਾ ਪਹੁੰਚੀ ਤਾਂ ਡਰਾਈਵਰ ਨੂੰ ਕਹਿਣਗੇ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਚਲੋ ਜ਼ਿਮੀਦਾਰਾਂ ਦੇ ਨਾਲ ਡਰਾਈਵਰ ਜ਼ਿਮੀਦਾਰਾਂ ਦੇ ਨਾਲ ਹੈ ਪਰ ਇਹ ਨਹੀਂ ਗਾ ਵੀ ਉਹਨੂੰ ਰੋਡ ਤੇ ਪਰੇਸ਼ਾਨ ਕੀਤਾ ਜਾਵੇ ਡਰਾਈਵਰ ਹਾਲਾਤ ਬਹੁਤ ਬੁਰਾ ਪੰਜਾਬ ਦਾ ਗਾੜੀਆਂ ਰੋਕਣੇ ਸੇ ਥੋੜੀ ਹੱਲ ਨਿਕਲੇਗਾ ਉੱਪਰ ਸੇ ਹੋਗਾ ਸਭ ਕੁਝ ਉੱਪਰ ਸੇ ਕਿਤਨੇ ਸਮੇਂ ਸੇ ਖੜੇ ਹੋ ਆਪ ਘੰਟਾ ਤੋ ਕਹਾਂ ਪਰ ਧਰਨਾ ਕਹਾਂ ਪੇ ਹੈ ਤੋ ਜਾਣਾ ਕਹਾਂ ਪੇ ਆਪਨੇ ਮੇਰੇ ਕੋ ਆਗੇ ਜਾਣਾ ਪੰਜਾਬ ਮੇ ਜਾਣਾ ਕਾ ਕਿਆ ਚੀਜ਼ ਹੈ ਆਪਕੇ ਪਾਸ ਮੇਰੇ ਪਾਸ ਗੱਡੀ ਹੈ ਨਹੀਂ ਉਸਮੇ ਕਿਆ ਲੋਡ ਕਿਆ ਕੀਆ ਹੁਆ ਯੇ ਟਾਈਲਸ ਵਗੈਰਾ ਹੈ ਅੱਛਾ ਤੋ ਕਬ ਕੇ ਚਲੇ ਹੋਏ ਹੋ ਹਮ ਤੋ ਦੇਖ ਲੋ ਕੱਲ ਕੇ ਚਲੇ ਹੋਏ ਹਾਂ ਵਹਾਂ ਸੇ ਕਿਸ਼ਨਗੜ ਸੇ ਤੋ ਕਹੀਂ ਹੋਰ ਵੀ ਕਹੀਂ ਐਸੀ ਪਰੇਸ਼ਾਨੀ ਆਈ ਬਹੁਤ ਆਈ ਬਹੁਤ ਕਿਆ ਹੋਣਾ ਚਾਹੀਏ ਬਿਲਕੁਲ ਇੱਕਦਮ ਧਰਨਾ ਨਹੀਂ ਲੱਗਣਾ ਚਾਹੀਏ ਪਰੇਸ਼ਾਨੀ ਹੋਤੀ ਹੈ ਪਰੇਸ਼ਾਨੀ ਹੋਤੀ ਹੈ ਕਿ ਭੁੱਖੇ ਮਰਤੇ ਹੈ ਭੁੱਖ ਲੱਗ ਰਹੀ ਹੈ ਨਾ ਇਸੀ ਕੇ ਲੀਏ ਭਗ ਰਹੇ ਹੈ ਕੋਈ ਨਹੀਂ ਮਿਲੇਗਾ ਟਾਈਮ ਪੇ ਤੋ ਮਰ ਜਾਏਂਗੇ ਨਾ ਪਾਣੀ ਨਹੀਂ ਹੈ ਕੁਛ ਨਹੀਂ ਹੈ ਉਹ ਰੋਡ ਬੰਦ ਕਰ ਰੱਖੇ ਕਿਸਾਨ ਹਮਾਰੀ ਗਲਤੀ ਥੋੜੀ ਹੈ ਕੀ ਸੀ ਕਿਆ ਕਰਨਾ
तो क्या परेशानी क्या आ रही है? वो खड़े हैं रोड में, पानी पुनी नहीं है, खाना नहीं है, कुछ नहीं दे रहे हो? धरना लगा के बैठे, आगे रोड बंद कर रखे। कितने समय से खड़े हो? अभी आधा घंटा एक घंटा होने वाला। तो कहाँ जाना, कहाँ है आपको? हमारे को जलंधर जाना। क्या सामान क्या लोड है इसमें? पाउडर है। तो परेशानी रहती है? परेशानी रहती है। कहाँ, कितनी जगहों पर होकर आए हो? पंजाब में पिछले चक्कर भी 2 दिन हम जाम में खड़े रहे हैं जगरामा के पास में, तो आज इधर पंजाब में एंटर हुए तो इधर भी फिर फाजिलका में जाम लग गया। तो कई अदर स्टेट में कहीं लगता है? और नहीं लगता, ये पंजाब में लगता है, ये पंजाब में लगता है, और कोई स्टेट में नहीं लगता जाम। ये किसान पंजाब में लगाते हैं जाम, किसी जगह नहीं, और कोई स्टेट में जाम नहीं लगता। गाड़ी वाला परेशान होता है? बहुत गाड़ी वाला परेशान होता है, खड़े हैं वहाँ। एक किसान धरना चलाया जी चंचित जी, जो रूट भी सारा चेंज करता जी, इधर वाला जी इधर वाला जी जी, दिक्कत है नहीं रूट में, लोगों चल रही है जी। किन्नी थावां दे उत्ते जिहड़ी रूट डिवर्शन लाई है? तीन थां लगी, इधर जी दो थां उधर लगी, पांच थां लगी। ਇਹ ਕਿਹੜੇ ਰੋਡ ਤੇ ਕਿਹੜੇ ਤੇ ਬੈਠੇ ਨੇ ਜੀ? ਇਹ ਮੇਨ ਹਾਈਵੇ ਰੋਡ ਆ ਜੀ ਫਾਜ਼ਿਲਕਾ। ਡਿਮਾਂਡ ਕੀ ਹੈ ਜੀ ਇਹਨਾਂ ਦੀ? ਇਹਨਾਂ ਡਿਮਾਂਡ ਪੁੱਛੋ ਤੁਸੀਂ ਆਪ ਜੀ ਨਾਲ ਕੋਲੋਂ। ਅੱਛਾ, ਤੇ ਕਦੋਂ ਤੱਕ ਦਾ ਮੈਸੇਜ ਦਿੱਤਾ ਹੈ ਕਿ ਲਾਣਾ? 3 ਵਜੇ ਤੱਕ ਹੈ ਜੀ। ਫਾਇਰ ਬ੍ਰਿਗੇਡ ਵੀ ਖੜੀ ਕੀਤੀ ਹੈ ਵੈਸੇ, ਪੂਰੇ ਪ੍ਰਬੰਧ ਨੇ ਜੀ। ਹਾਂ, ਪੁਲਿਸ ਮੁਲਾਜ਼ਮ ਵੀ ਜ਼ਿਆਦਾ ਨੇ ਜੀ ਅੱਜ। ਹਾਂਜੀ ਹਾਂਜੀ। ਕੀ ਚੱਕਰ ਹੈ ਜੀ ਇਹਦਾ, ਪਿੱਛੇ ਕੋਈ ਅਣਸੁਣ ਕਾਮੀ ਘਟਨਾ ਦਾ ਵਿੱਚ? ਇਹ ਕੰਟਰੋਲ ਕਰਨ ਵਾਸਤੇ ਜਿਹੜਾ ਧਰਨਾ ਲੱਗਿਆ ਹੋਇਆ, ਜਿਹੜਾ ਪਬਲਿਕ ਆ ਰਹੀ ਪਰੇਸ਼ਾਨ ਨਾ ਹੋਵੇ ਕੋਈ, ਇਸ ਕਰਕੇ ਸਾਰਾ ਕੀਤਾ ਹੋਇਆ।